ਸਤਿ ਸ਼੍ਰੀ ਅਕਾਲ ਦੋਸਤੋ, ਰਿਐਲਿਟੀ ਟਾਈਮਸ ਵਿਦ ਨੈਵ ਖੇਲਾ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅਤੇ ਅਕਸਰ ਰਿਐਲਟਰ ਵੀਰ ਔਰ ਅਸੀਂ ਇਹ ਰੋਜ਼ ਆਪਣੇ ਦੋਸਤਾਂ ਕੋਲੋਂ ਇਹ ਕੁਐਸਚਨ ਲੈਂਦੇ ਹਾਂ ਕਿ ਵੈਨ ਇਜ਼ ਦਾ ਰਾਈਟ ਟਾਈਮ ਟੂ ਬਾਏ, ਸਾਨੂੰ ਘਰ ਕਦੋਂ ਲੈਣਾ ਚਾਹੀਦਾ ਹੈ ਅਤੇ ਉਹਦੇ ਲਈ ਕੀ ਕਰਨ ਦੀ ਲੋੜ ਹੈਗੀ ਆ। ਸੋ ਅੱਜ ਮੈਂ ਦੋ ਟਿਪ ਤੁਹਾਡੇ ਨਾਲ ਸ਼ੇਅਰ ਕਰਾਂਗਾ ਇਹਦੇ ਬਾਰੇ। ਸਭ ਤੋਂ ਪਹਿਲੀ ਗੱਲ ਹੈਗੀ ਆ, ਜਦੋਂ ਵੀ ਤੁਸੀਂ ਘਰ ਲੈਣਾ ਚਾਹੁੰਦੇ ਹੋ, ਆਪਣੇ ਰਿਐਲਟਰ ਦੇ ਨਾਲ ਫਸਟ ਆਫ ਆਲ ਬੈਠ ਕੇ ਇੱਕ ਮੀਟਿੰਗ ਕਰੋ। ਉਹ ਤੁਹਾਡੀਆਂ ਨੀਡ ਅਨੈਲਿਸਿਸ ਕਰੇਗਾ, ਤੁਹਾਡੇ ਲਾਈਫ ਸਟਾਈਲ ਦੇ ਮੁਤਾਬਕ, ਤੁਹਾਡੀਆਂ ਜ਼ਰੂਰਤਾਂ ਦੇ ਮੁਤਾਬਕ ਤੁਹਾਨੂੰ ਦੱਸੇਗਾ ਕਿ ਕਿਹੋ ਜਿਹੀ ਪ੍ਰੋਪਰਟੀ ਤੁਹਾਡੇ ਲਈ ਰਾਈਟ ਹੈਗੀ ਆ। ਸੈਕਿੰਡ ਸਟੈਪ ਇਹ ਹੈਗਾ, ਤੁਸੀਂ ਮੋਰਗੇਜ ਬ੍ਰੋਕਰ ਨਾਲ ਇੱਕ ਮੀਟਿੰਗ ਰੱਖੋ ਉਸ ਤੋਂ ਬਾਅਦ, ਅਤੇ ਇਹ ਚੈੱਕ ਕਰੋ ਕਿ ਤੁਹਾਡੀ ਅਫੋਰਡੇਬਿਲਟੀ ਕੀ ਹੈਗੀ ਆ, ਤੁਹਾਡੀ ਇਨਕਮ ਔਰ ਤੁਹਾਡੇ ਡੈਟਸ ਦੇ ਬੇਸ 'ਤੇ ਤੁਸੀਂ ਕਿਹੋ ਜਿਹਾ ਘਰ ਅਫੋਰਡ ਕਰ ਸਕਦੇ ਹੋ। ਸੋ ਡੋਂਟ ਰਸ਼ ਟੂ ਸੀ ਹਾਊਸਿਸ ਫਸਟ, ਭੱਜੋ ਨਾ ਇੱਧਰ ਉੱਧਰ, ਨਾ ਹੱਥ ਮਾਰੋ, ਰਿਐਲਟਰ ਨਾਲ ਬੈਠੋ, ਮੋਰਗੇਜ ਬ੍ਰੋਕਰ ਨਾਲ ਬੈਠੋ, ਗੈਟ ਯੂਅਰ ਸੈਲਫ ਪ੍ਰੀ ਕੁਆਲੀਫਾਈਡ, ਐਂਡ ਦੈਨ ਤੁਹਾਡਾ ਰਿਐਲਟਰ ਤੁਹਾਡੀ ਹੈਲਪ ਕਰੂਗਾ ਤੁਹਾਡਾ ਫਸਟ ਹੋਮ ਲੈਣ ਲਈ। ਅਤੇ ਰੀਅਲ ਸਟੇਟ ਸੰਬੰਧੀ ਕਿਸੇ ਵੀ ਜਾਣਕਾਰੀ ਦੋਸਤੋ, ਤੁਸੀਂ ਮੈਨੂੰ ਕਿਸੇ ਵੀ ਵੇਲੇ ਬੇਝਿਜਕ ਫੋਨ ਕਰ ਸਕਦੇ ਹੋ। ਮੇਰਾ ਨੰਬਰ ਹੈ 6047008568। ਅਤੇ ਦੇਖਣਾ ਨਾ ਭੁੱਲਿਓ ਸਾਡੀ ਰਿਐਲਿਟੀ ਟਾਈਮਸ ਵਿਦ ਨੈਵ ਖੇਲਾ ਸੀਰੀਜ਼ ਦੀ ਅਗਲੀ ਐਪੀਸੋਡ ਦੇਖਣ ਲਈ, ਜਿਹਦੇ ਵਿੱਚ ਅਸੀਂ ਤੁਹਾਡੇ ਵਾਸਤੇ ਰੀਅਲ ਸਟੇਟ ਲਈ ਬਹੁਤ ਹੀ ਜ਼ਰੂਰੀ ਜਾਣਕਾਰੀ ਲੈ ਕੇ ਆਵਾਂਗੇ। ਥੈਂਕ ਯੂ।